ਹੈਲੋ ਦੋਸਤੋ ਪੰਜਾਬ ਨੈਸ਼ਨਲ ਬੈਂਕ ਵਿੱਚ ਪੀਐਨ ਦੀ ਵੈਕੈਂਸੀ ਆ ਚੁੱਕੀ ਆ ਜਲੰਧਰ ਜ਼ਿਲ੍ਹੇ ਦੀ ਤੇ ਜਲੰਧਰ ਜ਼ਿਲ੍ਹੇ ਦੇ ਜਿੰਨੇ ਵੀ ਕੈਂਡੀਡੇਟ ਆ ਦੀ ਜੋ ਅਪਲਾਈ ਕਰਨਾ ਚਾਹੁੰਦੇ ਕਰ ਸਕਦੇ ਆ ਬਾਕੀ ਕੀ ਕੀ ਕੁਆਲਿਫੀਕੇਸ਼ਨ ਕਿਸ ਤਰ੍ਹਾਂ ਅਪਲਾਈ ਕਰਨਾ ਵਾ ਉਹਦੇ ਰਿਗਾਰਡਿੰਗ ਦੱਸਾਂਗਾ ਨਾਲੇ ਲਾਸਟ ਡੇਟ ਵੀ ਦੱਸਾਂਗਾ ਕੀ ਕੀ ਆ ਤੇ ਆਫਲਾਈਨ ਭਰਤੀ ਆ ਕੋਈ ਫੀਸ ਨਹੀਂ ਐਪਲੀਕੇਸ਼ਨ ਦੀ ਤੇ ਅਪਲਾਈ ਮੋਡ ਆਫਲਾਈਨ ਤੇ ਬਾਕੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰੇਕ ਜ਼ਿਲ੍ਹੇ ਦੇ ਅੰਦਰ ਜਿੰਨੀਆਂ ਵੀ ਪੰਜਾਬ ਨੈਸ਼ਨਲ ਬੈਂਕ ਆ ਜੀ ਉਹਨਾਂ ਅੰਦਰ ਸਬ ਸਟਾਫ ਵਿੱਚ ਮਤਲਬ ਕਿ ਪੀਐਨ ਦੀ ਵੈਕੈਂਸੀ ਆ ਰਹੀ ਆ ਤੇ ਬਾਕੀ ਹੈ ਕਿ ਜਿਹੜੀ ਵੈਕੈਂਸੀਆਂ ਜੀ ਘਟਾਈਆਂ ਵਧਾਈਆਂ ਜਾ ਸਕਦੀਆਂ ਇਹ ਨਹੀਂ ਹੈਗਾ ਕਿ ਜਿੰਨੀਆਂ ਵੈਕੈਂਸੀਆਂ ਹੀ ਹੋਣੀਆਂ ਰਹਿਣੀਆਂ ਵਾ ਬਲਕਿ ਕਿਸੇ ਕੈਟਾਗਰੀ ਵਿੱਚ ਜਿਦਾਂ ਐਸਸੀ ਕੈਟਾਗਰੀ ਵਿੱਚ ਕੈਂਡੀਡੇਟ ਜ਼ਿਆਦਾ ਆ ਜੀ ਬਾਕੀ ਕੈਟਾਗਰੀ ਵੀ ਘੱਟ ਕੈਂਡੀਡੇਟ ਆ ਤਾਂ ਉਹਨਾਂ ਵਿੱਚ ਵੈਕੈਂਸੀ ਇੱਧਰ ਉੱਧਰ ਕੀਤੀ ਜਾ ਸਕਦੀ ਆ ਜੀ ਵਾ ਇੱਕ ਘਟਾਈ ਵਧਾਈ ਜਾ ਸਕਦੀ ਆ ਤੇ ਬਾਕੀ ਆਪਾਂ ਗੱਲ ਕਰਦੇ ਆ ਜੀ 19 ਹੈਗੀਆਂ ਦੀ ਟੋਟਲ ਪੋਸਟਾਂ ਜਿਨ੍ਹਾਂ ਵਿੱਚ ਉਹ ਹੈ ਜੀ ਐਸਸੀ ਦੀਆਂ 6 ਪੋਸਟਾਂ ਨੇ ਐਸਟੀ ਦੀ ਕੋਈ ਹੈਗੀ ਨਹੀਂ ਜੀ ਤੇ ਜੇ ਮੰਨ ਲਓ ਕੋਈ ਅਨਿਆ ਵਰਗ ਹੈਗਾ ਜੀ ਉਹਦੇ ਚਾਰ ਹੈਗੀਆਂ ਵਾਂ ਹੋਰ ਪੋਸਟਾਂ ਤੇ ਬਾਕੀ ਆ ਕੀ ای ਡਬਲਯੂ ਐਸ ਕੈਟਾਗਰੀ ਦੀਆਂ ਦੋ ਪੋਸਟਾਂ ਨੇ ਤੇ ਜੇ ਕੋਈ ਹੈਂਡੀਕੈਪ ਹੈਗਾ ਜੀ ਉਹਦੀਆਂ ਦੋ ਤੇ ਹੈ ਦਿਵਾਗ ਵਰਗੇ ਹੈਂਡੀਕੈਪ ਜਿਹੜਾ ਹੈਗਾ ਇਹਦੇ ਵਿੱਚ ਕੋਈ ਹੈਗੀ ਨਹੀਂ ਇਹਨਾਂ ਦੀ ਵੈਕੈਂਸੀ ਨਹੀਂ ਹੈਗੀ ਤੇ ਜੇ ਮੰਨ ਲਓ ਕੋਈ ਹੈਗਾ ਐਕਸਰਸਿਸ ਮੈਨ ਹੈ ਜੀ ਉਹਦੀ ਪੰਜ ਪੋਸਟਾਂ ਨੇ ਤੇ ਓ ਬੀ ਸੀ ਦੀਆਂ ਚਾਰ ਪੋਸਟਾਂ ਜੀ ਤੇ ਇਹ ਗੱਲ ਨੂੰ ਤੁਸੀਂ ਤਿਆਰ ਰੱਖਣਾ ਜੀ ਤੇ ਬਾਕੀ ਹੈਗੀ ਜਰਨਲ ਦੀਆਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਵਿੱਚੋਂ ਬਾਜਣਗੀਆਂ ਸਾਰੀ ਜਰਨਲ ਦੀਆਂ ਹੀ ਆ ਜੀ ਮਨ ਕੇ ਸਮਾਨਿਆਂ ਚ ਜਰਨਲ ਹੀ ਆਇਆ ਜੀ ਕਿਉਂਕਿ ਹਿੰਦੀ ਵਿੱਚ ਨੋਟੀਫਿਕੇਸ਼ਨ ਆਇਆ ਵੈਸੇ ਪੰਜਾਬੀ ਦੀ ਅਖਬਾਰ ਆ ਜੀ ਇਹਦੇ ਵਿੱਚ ਜਰਦਰੰਦਰ ਦੇ ਵਿੱਚ ਜਿਹੜੀ ਵੈਕੈਂਸੀ ਦੱਸੀ ਗਈ ਆ ਜੀ ਉਹ ਦੱਸੀ ਗਈ ਆ ਜੀ ਹਿੰਦੀ ਦੇ ਵਿੱਚ ਆਇਆ ਵਾ ਐਡਵਰਟਾਈਜ਼ਮੈਂਟ ਜਿਹੜਾ ਅਪਲੀਕੇਸ਼ਨ ਫਾਰਮ ਆ ਜੀ ਉਹ ਵੀ ਹਿੰਦੀ ਚ ਜੇ ਜਿੱਦਾਂ ਆਇਆ ਤਾਂ ਨੋਦਾ ਫਿਲ ਕਰਨਾ ਪੈਣਾ ਬਾਕੀ ਜੇ ਤੁਸੀਂ ਜਦਾਦਰ ਜ਼ਿਲ੍ਹੇ ਦੀ ਆਈਓਏ ਜੀ ਅਪਲੀਕੇਸ਼ਨ ਫਾਰਮ ਜੀ ਉਹਨਾਂ ਨੂੰ ਤੁਸੀਂ ਪ੍ਰਿੰਟ ਕਰਾ ਕੇ ਬੇਨਾ ਚਾਹੁੰਦੇ ਹੋ ਤੇ ਉੱਪਰੋਂ ਚੇਂਜ ਕਰ ਲਿਓ ਜੀ ਉਹਦਾ ਨੇਮ ਲੇਖ ਲਿਓ ਜਿੱਥੇ ਅਪਲੀਕੇਸ਼ਨ ਲਿਖਣੀ ਆ ਜੀ ਤੇ ਜਿੱਥੇ ਐਡਰੈਸ ਤਾਂ ਤੁਹਾਨੂੰ ਪਤਾ ਕਿ ਤੁਸੀਂ ਲਿਖਣਾ ਲਿਖਣਾ ਜੋ ਵੀ ਦੱਸਿਆ ਗਿਆ ਹੈ ਨਾਲ ਵੱਲੋਂ ਬਾਕੀ ਆਪਾਂ ਦੇਖਦੇ ਹਾਂ ਕਿ ਕੀ ਕੀ ਡਿਟੇਲ ਆ ਜੀ ਤੇ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਆ ਤੇ ਜਿਹਨੂੰ ਇੰਗਲਿਸ਼ ਲਿਖਣੀ ਤੇ ਪੜ੍ਹਨੀ ਆਉਂਦੀ ਆ ਜੀ ਉਹ ਅਪਲਾਈ ਕਰ ਸਕਦਾ ਵਾ ਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੋ ਐਲੀਜੀਬਲ ਨਹੀਂ ਆ ਸਿਰਫ ਪਲੱਸ 2 ਜਿਨ੍ਹਾਂ ਨੇ ਕੀਤੀ ਹੋਈ ਆ ਜੀ ਤੇ ਇਹ ਦੀ ਗੱਲ ਕਰਦੇ ਹਾਂ ਜੀ 1 ਜਨਵਰੀ 2022 ਤੱਕ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾ ਬਾਕੀ ਐਸਸੀ ਐਸਟੀ OBC ਨੂੰ ਜੋ ਸਰਕਾਰ ਵੱਲ ਛੋਟ ਮਿਲਦੀ ਆ ਜੀ 5 ਸਾਲ ਦੀ ਤੇ OBC ਨੂੰ 3 ਸਾਲ ਦੀ ਉਹ ਮਿਲੂਗੀ ਜੀ ਤੇ ਜਿੱਦਾਂ ਇੱਕ ਸਾਰ ਇਸ ਮੈਨ ਆ ਜੀ ਉਹਨੂੰ ਘੱਟੋ ਘੱਟ ਉਹਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਉਹਨੂੰ ਮਿਲ ਕੇ ਰਿਟਾਇਰ ਹੋਏ ਨੂੰ 3 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਆ ਤੁਸੀਂ ਫਾਰਮ ਭਰ ਕੇ ਭੇਜਣਾ ਜੀ ਤੇ ਤੁਸੀਂ ਆ ਚਪੜਾ ਜਿਹੜਾ ਹੈਗਾ ਨਾ ਲਿਖਿਆ ਆ ਚਪੜਾਸੀ ਪਦ ਹੇਤੂ ਭਾਵੇਂ ਕਿ ਪੀਐਨ ਦਾ ਹੈਗਾ ਵਾ ਫਾਰਮੈਟ ਇਥੋਂ ਤੁਸੀਂ ਕਰਾਉਣਾ ਜੀ ਪ੍ਰਿੰਟ ਸਾਰਾ ਥੱਲੇ ਉਹ ਤੁਸੀਂ ਸਾਈਨ ਕਰਨੇ ਆ ਆ ਥੱਲੇ ਉਹ ਜਿਹੜਾ ਲਿਖਿਆ ਨਾ ਸੰਗਲਨ ਇਹ ਨਹੀਂ ਲਿਖਣਾ ਜੀ ਸਿਰਫ ਉਮੀਦਵਾਰ ਦੇ ਹਸਤਾਖਰ ਤੱਕ ਹੀ ਤੁਸੀਂ ਪ੍ਰਿੰਟ ਕਰਾਉਣਾ ਵਾ ਜੇ ਹਿੰਦੀ 'ਚ ਭਰ ਕੇ ਭੇਜੋਗੇ ਤਾਂ ਬੈਟਰ ਆ ਜੀ ਬਾਕੀ ਜੇ ਤੁਸੀਂ ਹੋਰ ਕਿਹੜੇ ਜ਼ਿਲ੍ਹੇ ਦਾ ਵੀ ਪਰਫਾਰਮਾ ਲੈ ਲੋਗੇ ਜੀ ਕਿਉਂਕਿ ਸੇਮ ਹੀ ਆ ਉਹ ਇੰਗਲਿਸ਼ ਦੇ ਵਿੱਚ ਆਏ ਹੋਏ ਆ ਉਹ ਫਿਲ ਕਰਕੇ ਤੁਸੀਂ ਭੇਜਣੇ ਆ ਪਹਿਲੇ ਨੰਬਰ ਤੇ ਤੁਸੀਂ ਆਪਣਾ ਨੇਮ ਲਿਖਣਾ ਜੀ ਦੂਜੇ ਨੰਬਰ ਤੇ ਆਪਣੇ ਪਿਤਾ ਦਾ ਨਾਮ ਤੇ ਜੇ ਮਲਾ ਕੋਈ ਕੁੜੀ ਹਸਬੰਦ ਮਣਕੇ ਕੁੜੀ ਮੈਰਿਡ ਆ ਜੀ ਉਹ ਆਪਣੇ ਹਸਬੰਦ ਦਾ ਨੇਮ ਹੋਗੀ ਸਾਈਡ ਤੇ ਤੁਸੀਂ ਇੱਕ ਫੋਟੋ ਲਾਉਣੀ ਆ ਜੀ ਤੋਂ ਉੱਤੇ ਸੈਂਡ ਕਰ ਦੇਣੇ ਅੱਦੇ ਤੇ ਅੱਦੇ ਮਣਕੇ ਫਾਰਮ ਤੇ ਉਹਨਾਂ ਉੱਤੇ ਫੋਟੋ ਤੇ ਉਹਨਾਂ ਤੇ ਜੇ ਨੰਬਰ ਤੇ ਆਪਣੀ ਤੁਸੀਂ ਜਨਮ ਮਿਤੀ ਲਿਖਣੀ ਆ ਜੀ ਚੌਥੇ ਨੰਬਰ ਤੇ ਤੁਸੀਂ ਆਪਣਾ ਦੱਸਣਾ ਕਿ ਤੁਸੀਂ ਮੁੰਡੇ ਆ ਕੁੜੀ ਹੋ ਮੇਲ ਜਾਂ ਫੀਮੇਲ ਦੱਸਣਾ ਜੀ ਤੇ ਤੁਹਾਡੀ 1 ਇੱਕ 2022 ਤੱਕ ਕਿੰਨੀ ਆਜੂਗਾ ਜੀ ਕਿੰਨੇ ਸਾਲ ਆ ਜੋ ਉਹ ਲਿਖਣੀ ਆ ਆਪਣਾ 6ਵੇਂ ਤੇ 7ਵੇਂ ਨੰਬਰ ਤੇ ਦੋਵਾਂ ਦੇ ਐਡਰੈਸ ਲਿਖਣਾ ਜੀ 8ਵੇਂ ਨੰਬਰ ਤੇ ਆਪਣਾ ਮੋਬਾਈਲ ਨੰਬਰ ਤੇ 9ਵੇਂ ਨੰਬਰ ਤੇ ਆਪਣੀ ਕੈਟਾਗਰੀ ਦੱਸਣੀ ਆ ਜੀ ਕਿਹੜੀ ਕੈਟਾਗਰੀ ਨਾਲ ਸੰਬੰਧਿਤ ਹੋ ਤੁਸੀਂ ਤੇ ਮਤਲਬ ਕਿ 10ਵੇਂ ਨੰਬਰ 'ਚ ਜੇ ਤੁਸੀਂ ਮਤਲਬ ਕਿ ਕੋਈ ਵਿਕਲਾਂਗ ਵਗੈਰਾ ਹੈਗੇ ਹੋ ਜੀ ਤੋਂ ਲਿਖੋਗੇ ਜੇ ਨਹੀਂ ਹੋ ਤੇ ਐਨਏ ਨੋ ਲਿਖ ਦੇਣਾ ਨੋ ਡਿਸੇਬਿਲਟੀ ਠੀਕ ਆ ਜੀ ਤੇ ਜੇ ਹੈਂਡੀਕੈਪ ਹੈ ਕੋ ਤੇ ਨਾਲ ਉਹਦਾ ਪ੍ਰਮਾਣ ਪੱਤਰ ਲਾਉਣਾ ਜੀ ਠੀਕ ਆ ਕਿਸੇ ਵੀ ਕੈਟਾਗਰੀ ਕੈਟਾਗਰੀ ਨਾਲ ਸੰਬੰਧਿਤ ਹੋ ਜੀ ਤੇ ਬਾਕੀ ਆਪਦੀ ਲਿਖਣੀ ਆ ਜੀ ਕਿ ਥੱਲੇ ਜਿਹੜਾ ਕક્ષા ਲਿਖਿਆ ਨਾ ਤੁਹਾਨੂੰ ਜੇ 10ਵੀਂ ਦੇ 12ਵੀਂ ਲਿਖ ਲੈਣੀ ਆ ਕਿਹੜੇ-ਕਿਹੜੇ ਸਾਲ ਪਾਸ ਕੀਤੀ ਆ ਕਿੰਨੇ ਪਰਸੈਂਟ ਨੰਬਰ ਆ ਜੀ ਕਿਹੜੇ ਬੋਰਡ ਤੋਂ ਕੀਤੀ ਉਹ ਲਿਖਣਾ ਆ ਜੀ ਤੇ ਅੱਗੇ 12ਵੇਂ ਨੰਬਰ ਆ ਦੀ ਜੇ ਤੁਹਾਡੇ ਕੋਈ ਐਕਸਪੀਰੀਅੰਸ ਹੈਗਾ ਜੀ ਉਹ ਦੱਸੋਗੇ ਜੀ ਇਹ ਤਾਂ ਨੋ ਕਰ ਦੋਗੇ ਜੇ ਹੈਗਾ ਐਕਸਪੀਰੀਅੰਸ ਤਾਂ ਸਰਟੀਫਿਕੇਟ ਦੇਣਾ ਪੈਣਾ ਤੁਹਾਨੂੰ ਜੀ ਤੇ ਬਾਕੀ ਆ ਕਿ ਰੋਜ਼ਗਾਰ ਬਾਕੀ ਆ ਕਿ ਜੇ ਤੁਸੀਂ ਰੋਜ਼ਗਾਰ ਬਿਊਰੋ ਦੇ ਅੰਦਰ ਰਜਿਸਟ੍ਰੇਸ਼ਨ ਕਰਾਈ ਹੋਈ ਆ ਜੀ ਤੇ ਉਹਦਾ ਪੰਜੀਕਰਨ ਮਿਲ ਗਿਆ ਉਹਦਾ ਰਜਿਸਟ੍ਰੇਸ਼ਨ ਨੰਬਰ ਲਿਖਣਾ ਜੀ এমਪਲੋਇਮੈਂਟ ਐਕਸੇਜ ਨੰਬਰ ਲਿਖਣਾ ਆ ਜੀ ਤੇ ਨਾਲ ਉਹਦੀ ਫੋਟੋ ਕਾਪੀ ਜੇ ਕਿਸੇ ਤੋਂ ਨਹੀਂ ਹੈਗਾ ਜੀ ਕੋਈ ਚੱਕਰ ਨਹੀਂ ਭਰੇ ਕਿ ਉਹਨੂੰ ਰੈਜ਼ੀਡੈਂਸ ਸਰਟੀਫਿਕੇਟ ਲਾਉਣਾ ਪੈਣਾ ਵਾ ਕਿਉਂਕਿ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਉਸੇ ਹੀ ਜ਼ਿਲ੍ਹੇ ਦੇ ਹੋ ਜਿੱਦਾਂ ਕਿ ਜਲੰਧਰ ਦਾ ਪ੍ਰੂਫ ਹੋਣਾ ਚਾਹੀਦਾ ਉੱਤੇ ਇਸ ਕਰਕੇ ਉਹਨਾਂ ਨੇ ਕਿਉਂਕਿ ਬਾਕੀ ਡਿਸਟ੍ਰਿਕਟ ਦੇ ਵਿੱਚ ਵੇਖਾਊਗਾ ਉਹਨਾਂ ਨੇ ਦੋ ਚੀਜ਼ਾਂ ਆਖੀਆਂ ਵਾ ਕਿ ਦੋਵਾਂ ਵਿੱਚੋਂ ਇੱਕ ਚੀਜ਼ ਹੋਣੀ ਚਾਹੀਦੀ ਆ ਜਾਂ এমਪਲੋਇਮੈਂਟ ਐਕਸੇ ਨੰਬਰ ਹੋਵੇ ਜਾਂ ਡੋਮਿਸਾਈਲ ਸਰਟੀਫਿਕੇਟ ਹੋਵੇ ਤੇ ਜੇ ਤੁਹਾਡੇ ਇਹਨਾਂ ਵਿੱਚ ਇੱਕ ਚੀਜ਼ ਹੈਗੀ ਆ ਜੀ ਅਪਲਾਈ ਕਰ ਸਕਦੇ ਹੋ ਸਾਈਡ ਤੇ ਤੁਸੀਂ ਆਪਣੇ ਸਾਈਨ ਕਰਨੇ ਆ ਤਿਥੀ ਲਿਖ ਲੈਣੀ ਮਤਲਬ ਕਿ ਮਿਤੀ ਮਿਤੀ ਲਿਖਣੀ ਆ ਡੇਟ ਤੇ ਸਥ ਉਥੋਂ ਜਿੱਥੋਂ ਮਨਗੇ ਅਪਲਾਈ ਕਰੋ ਜੇ ਤਾਂ ਪਿੰਡ ਜਾਂ ਸਤਲ ਸ਼ਹਿਰ ਹੈ ਜੀ ਉਥੋਂ ਤਾਂ ਨਾਮ ਲਿਖਣਾ ਨੇਮ ਜਿਹੜੇ ਜਲੰਧਰ ਜ਼ਿਲ੍ਹੇ ਦੇ ਅੰਦਰ ਅੰਦਰ ਆਉਂਦੇ ਆ ਜੀ ਉਹ ਅਪਲਾਈ ਕਰ ਸਕਦੇ ਆ ਤੇ ਬਾਕੀ ਹੋਰ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਹੋ ਬਾਕੀ ਆਹ ਵਾਲਾ PDF ਹੈ ਜੀ ਇਹ ਅਖਬਾਰ ਤੁਹਾਨੂੰ ਦੱਦਨੇ ਆ ਜੀ ਇੱਕ ਤਰੀਕ ਦੇ ਅਖਬਾਰ ਜਗਬਣੀ ਉਥੋਂ ਤੁਸੀਂ ਲੈ ਸਕਦੇ ਹੋ ਜੀ ਤੇ ਬਾਕੀ ਕਿਸੇ ਗੱਲ ਦਾ ਨਹੀਂ ਪਤਾ ਲੱਗ ਰਿਹਾ ਜੀ ਪੁੱਛ ਸਕਦੇ ਹੋ ਜੀ ਬਾਕੀ ਟੈਲੀਗ੍ਰਾਮ ਦਾ ਲਿੰਕ ਇਸੇ ਵੀਡੀਓ ਦੇ ਬਾਊਟ ਚ